ਤੇ ਕਿਹੜੀ ਜਗ੍ਹਾ ਤੂੰ ਸਰਗੋਦਾ ਸਰਗੋਦਾ ਸਹੀ ਇਹ ਕਿਹੜੀ ਜਗ੍ਹਾ ਤੇ ਹੋ ਫਿਲਹਾਲ ਹਾਂ ਵਜ਼ੀਰਾਬਾਦ ਰੋਡ ਵਜ਼ੀਰਾਬਾਦ ਰੋਡ ਕਿਹੜਾ ਵਜ਼ੀਰਾਬਾਦ ਤੋਂ ਸੰਹੜਿਆ ਰੋਡ ਸੰਹੜਿਆ ਰੋਡ ਅੱਛਾ 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 ਮਾਸ਼ਾਅੱਲਾ ਠੀਕ ਹੋ ਗਿਆ ਤੇ ਇੱਥੇ ਕਿਹੜੀ ਜਗ੍ਹਾ ਤੇ ਇੱਥੇ ਪਿਪਲੀ ਅੱਡਾ ਪਿਪਲੀ ਅੱਡਾ ਮਾਸ਼ੱਲਾ ਕੀ ਕੰਮ ਕਰਦੇ ਹੋ ਤੁਸੀਂ ਪੋਲਟਰੀ ਦਾ ਪੋਲਟਰੀ ਫਾਰਮ ਤੁਹਾਨੂੰ ਦਿਖਾਣੇ ਆ ਯਾਰ ਪੋਲਟਰੀ ਫਾਰਮ ਤੇ ਕੰਮ ਕਰਦੇ ਨੇ ਆ ਨਾ ਫਾਰਮ ਮਾਸ਼ੱਲਾ ਸੈੱਟ ਹੋ ਗਿਆ ਇਸ ਤੇ ਕੰਮ ਕਰਦੇ ਹੋ ਕਿੰਨੇ ਅਰਸੇ ਤੋਂ ਕੰਮ ਕਰ ਰਹੇ ਹੋ ਪੋਲਟਰੀ ਫਾਰਮ ਦਾ 2002 2002 ਤੋਂ 2 ਤੋਂ ਕਿੰਨੇ ਸਾਲ ਹੋ ਗਿਆ ਕਾਫੀ ਯਾਰ 1 ਸਾਲ ਹੋ ਗਏ ਹੋਣੇ ਹਾਂ ਜ਼ਿਆਦਾ ਹੀ ਹੋ ਗਏ ਯਾਰ ਅੱਛਾ 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 ਕਾਫੀ ਪੁਰਾਣੇ ਹੋਮ अच्छा अच्छा ए पोल्ट्री फार्म ते की सैलरी सैलरी चल रही है की कितनी मिलती पई है ਤੁਹਾਨੂੰ ਇੱਥੇ ਸੈਲਰੀ ਸੈਲਰੀ ਇੱਥੇ ਮੇਰੇ ਲਈ 5000 5000 ਖਾਣਾ ਪੀਣਾ ਮਿਲ ਰਿਹਾ ਰੈਸ਼ ਮਿਲਦੀ ਆ ਖਾਣਾ ਪੀਣਾ ਰੈਸ਼ ਮਿਲ ਰਹੀ ਆ اچھا اچھا ਤਿੰਨ ਟਾਈਮ ਖਾਣਾ ਰੈਸ਼ ਹਰ ਚੀਜ਼ ਹੈ ਨਾ ਅਰੇ ਐਸ਼ਾ ਤੁਹਾਡੀ ਇੱਥੇ ਆ ਹਾਂ ਐ ਰੈਸ਼ਾ ਮਾਸ਼ੱਲਾ ਕਾਫੀ ਖੂਬਸੂਰਤ ਹੈ ਜਗਾ ਸਹੀ ਆ ਅੱਛਾ ਜੀ

तो बड़ा रिजल्ट आ रहा है अच्छा और की पूछ लेंगे ये तो दो मिनट की ब्रेक नहीं से लगी चल ठीक कोई अच्छा जी <laughs> सही हो गया सैलरी मतलब पच्चीस हजार रुपया इतना ਤਾਂ ਤੁਹਾਨੂੰ ਇੱਥੇ ਕਿੰਨੇ ਕ ਦਿਨ ਲੱਗ ਜਾਂਦੇ ਨੇ ਇੱਥੇ ਜੇ ਅਗਰ ਚੂਜ਼ਾ ਤੁਸੀਂ ਤਿਆਰ ਕਰਦੇ ਹੋ ਬਰੇਲਰ ਕਿੰਨੇ ਦਿਨਾਂ ਦੇ ਵਿੱਚ ਤਿਆਰ ਹੋ ਜਾਂਦਾ ਤਿਆਰ ਹੋ ਜਾਂਦਾ ਸਾਡਾ 40 45 ਦਿਨ ਤੱਕ 40 45 ਦਿਨ ਤੱਕ ਤਿਆਰ ਹੋ ਜਾਂਦਾ ਐਵਰੇਜ ਰੇਟ ਜਿਹੜਾ ਉਹ ਦੇਣਾ ਹੁੰਦਾ 2700 2600 2700 ਮਤਲਬ 3000 ਹਾਂ 3 ਕਿਲੋ ਦਾ ਕਰਨਾ ਹੁੰਦਾ ਤੁਸੀਂ ਤੁਸੀਂ 3 ਕਿਲੋ ਦਾ ਕਿੰਨੇ ਦਿਨ ਤਕਰੀਬਨ ਕਰ ਸਕਦੇ ਹੋ ਕਰ ਸਕਦੇ ਹੋ 3 ਕਿਲੋ ਜਿਹੜਾ ਹੋ ਜਾਂਦਾ 45 ਦਿਨਾਂ 45 ਦਿਨਾਂ 3 ਕਿਲੋ ਦਾ ਹੋ ਜਾਂਦਾ अच्छा जी ਤੇ ਠੀਕ ਹੋ ਗਿਆ 3 ਕਿਲੋ ਦਾ ਕਰਕੇ ਤੁਸੀਂ ਸੇਲ ਕਰਨਾ ਹੁੰਦਾ اچھا 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 ਤੇ ਖੁਰਾਕ ਕਿੰਨੇ ਟਾਈਮ ਪਾਣੀ ਹੁੰਦੀ ਤੁਸੀਂ ਇਹਨੂੰ ਖੁਰਾਕ ਦੋ ਵਾਰ ਦੋ ਟਾਈਮ ਪਾਣੀ ਹੁੰਦੀ 24 ਘੰਟੇ ਦੋ ਟਾਈਮ ਪਾਣੀ ਹੁੰਦੀ ਬਸ ਇੱਕ ਵਾਰੀ ਚਲਾ ਦਿੱਤੀ ਹਾਂ ਅਗਰ ਸਵੇਰ 8 ਵਜੇ ਚਲਾਓ ਤਾਂ ਸ਼ਾਮੀ 6 ਵਜੇ ਚਲਾਣੀ ਫਿਰ ਸਵੇਰ 6 ਵਜੇ शाम 6 चलानी है सुबह 6 चलानी है अच्छा 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 सही हो गया ठीक हो गया तो तू तू बड़े काफी फिट हो तू बता सकदे हो की खुराक राख अपनी की खा पी रहे हो तू बता सकदे हो क्यों फर्स्ट टाइम की खाई था दा तू फर्स्ट टाइम जड़ी खुराक है तुम्हारी नाश्ता तें नाश्ता आधा किलो दही आधा किलो दही हां एक ब्रेड एक ब्रेड बड़ा ਅੱਛਾ ਬੜਾ ਬ੍ਰੈਡ ਇੱਕ ਅੱਧਾ ਕਿਲੋ ਦਹੀਂ ਤਿੰਨ ਪਰਾਂਠੇ ਤਿੰਨ ਪਰਾਂਠੇ ਤੇ ਸਾਲਨ ਅਚਾਰ ਵਗੈਰਾ ਇੱਕ ਕੱਪ ਚਾਹ ਦਾ ਅਚਾਰ ਵੀ ਨਾਲ ਹੁੰਦਾ ਅੱਛਾ ਸਾਲਨ ਵੀ ਨਾਲ ਹੁੰਦਾ ਅਚਾਰ ਵੀ ਹੁੰਦਾ ਦਹੀਂ ਵੀ ਹੁੰਦੀ ਆ ਨਾਲ ਕੱਪ ਚਾਹ ਦਾ ਵੀ ਇੱਕ ਹੁੰਦਾ ਵਾ ਅੱਛਾ ਇਹ ਖੁਰਾਕ ਆ ਤੁਹਾਡੀ ਤੇ ਦਿਨ ਨੂੰ ਦਿਨ ਨੂੰ ਅਗਰ ਚਿਕਨ ਮਿਲ ਜੇ ਤੇ ਕਿਲੋ ਵੀ ਹੋ ਸਕਦਾ ਅੱਛਾ ਅੱਛਾ ਤੇ ਰੋਟੀ ਮਾ ਮੋਲ ਦੇ ਮੁਤਾਬਕ 3 4 3 4 3 4 ਇਹ ਤਾਂ ਤੁਹਾਡੀ ਪੱਕੀ ਆ 3 4 ਰੋਟੀ ਤੁਸੀਂ ਖਾਣੀ ਆ ਇਹ ਲਾਜ਼ਮੀ ਆ ਹਾਂ ਇਹ ਤੁਹਾਡੀ ਸਿਹਤ ਦੇ ਬਰਾਬਰ ਆ ਇਹ ਖੁਰਾਕ ਆ ਅੱਛਾ ਅੱਛਾ ਤੇ ਕੋਈ ਦੁੱਧ ਛੋਦ ਦੁੱਧ ਛੋਦ ਸ਼ਾਮ ਨੂੰ ਕਿਲੋ ਪੀ ਲਈਦਾ ਕਿਲੋ ਸ਼ਾਮ ਨੂੰ ਹਾਂ ਸ਼ਾਮ ਨੂੰ ਡੇਲੀ ਪੀਣਾ ਕਿਲੋ ਸਹੀ ਹੋ ਗਿਆ ਤੱਕ तकरीबन ਕਿੰਨੇ ਅਸੇ ਤੂੰ ਪੀਰ ਤੇ ਇਹ ਖੁਰਾਕ ਜਿਹੜੀ ਆ ਤੁਹਾਡੀ ਏ ਮੇਰੀ ਕਾਫੀ ਦੇਰ ਤੋਂ ਚੱਲ ਰਹੀ ਹੈ ਇਸ ਤਰੀ ਮੈਂ ਰੁਟੀਨ ਵਾਈਜ਼ ਆ ਰਹੇ ਹਾਂ ਰੁਟੀਨ ਵਾਈਜ਼ ਆ ਰਹੇ ਹੋ ਸਹੀ ਮਾਸ਼ਾਅੱਲਾ ਕਾਫੀ ਫਿੱਟ ਹੋ ਤੇ ਖੁਰਾਕ ਵੀ ਅੱਛੀ ਆ ਤੁਹਾਡੇ ਤੇ ਅਗਰ ਤੁਹਾਨੂੰ ਨਸਨਾ ਦੌੜਨਾ ਪਵੇ ਤਾਂ ਫੇਰ ਕੋਈ ਮਸਲਾ ਨਹੀਂ ਕੋਈ ਮਸਲਾ ਨਹੀਂ ਮੁਸ਼ਕਿਲ ਕੋਈ ਨਹੀਂ ਕੋਈ ਸਾਦੀ ਤੰਗੀ ਕੋਈ ਤਕਲੀਫ ਕੋਈ ਕੋਈ ਤਕਲੀਫ ਕੋਈ ਦਰਦ ਕੋਈ ਤਕਲੀਫ ਨਹੀਂ ਕੋਈ ਤਕਲੀਫ ਨਹੀਂ ਕੋਈ ਜਿਸਮ ਜਿਹੇ ਦਰਦਾਂ ਨਹੀਂ ਕੋਈ ਦਰਦਾਂ ਨਹੀਂ ਹਾਂ ਬੜੀ ਗੱਲ ਆ ਫੇਰ ਫਿੱਟ ਹੀ ਹੋ ਤੁਸੀਂ ਹੈ ਹਾਂ ਮੈਂ ਤਾਂ ਕਿਹਾ ਵੈਸੇ ਹੀ ਫੁੱਲੇ ਹੋਣੇ ਅੱਛਾ ਹਮ ਸਹੀ ਹੋ ਗਿਆ ਬਾਕੀ ਹੋਰ ਇਸ ਤੋਂ ਬਾਰੇ ਇਲਾਵਾ ਕੁਝ ਦੱਸ ਸਕਦੇ ਹੋ ਆਪਣੀ ਫਰਾਗ ਦੇ ਬਾਰੇ ਇਸ ਤੋਂ ਇਲਾਵਾ ਕੋਈ ਹੈ ਇਸ ਤੋਂ ਇਲਾਵਾ ਕੋਈ ਨਹੀਂ ਇਸ ਤੋਂ ਇਲਾਵਾ ਹੈ ਇਹ ਦਿਨ ਦੇ ਵਿੱਚ ਬਾਹਰ ਨਿਕਲ ਜਾਓ ਅੰਦਰ ਬਾਹਰ ਆਓ ਕੋਈ ਚੀਜ਼ ਦਿਨ ਕਰਪਨਾ ਕਾ ਲਓ ਅੱਛਾ 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 ਬਸ ਫਰੂਟ ਸ਼ਰੂਟ ਅੱਗੇ ਪਿੱਛੇ ਫਰੂਟ ਸ਼ਰੂਟ ਹਾਂ ਅੱਛਾ ਅੱਛਾ ਵੈਸੇ ਨਹੀਂ ਰੈਗੂਲਰ ਖਾ ਰਹੇ ਰੈਗੂਲਰ वैसे जाना बात फेर ही लेना हाँ, नहीं था फेर, उन वैसे स्टोर करके नहीं रखे ना जमा नहीं रखे अच्छा अच्छा, अच्छा। मेहरबानी तो आपकी जनाब शुक्रिया अल्लाह हा <laughs>